ਹਾਂਜੀ 9th ਦੇ ਪਿਆਰੇ ਵਿਦਿਆਰਥੀਓ ਬੇਟਾ ਪੰਜ ਤੁਹਾਡੇ ਲਈ ਪੇਪਰ ਦਾ ਸੋਲੂਸ਼ਨ ਲੈ ਕੇ ਆਏ ਆਂ ਬੜਾ ਉਮੀਦ ਕਰਦੇ ਆਂ ਵੀ ਸਭ ਦਾ ਪੇਪਰ ਬੜਾ ਅੱਛਾ ਹੋਇਆ ਹੋ ਚਲੋ ਫਿਰ ਵੀ ਕੋਈ ਸੋਲੂਸ਼ਨ ਦੇਖ ਲਓ ਸਮਝ ਲਓ ਕਿਉਂਕਿ ਹਜੇ ਤੁਹਾਡਾ ਜਿਹੜਾ ਫਾਈਨਲ ਪੇਪਰ ਫਾਈਨਲ ਜਿਹੜਾ ਸਰਵੇ ਆ ਉਹ ਹੋਣਾਗਾ ਚਲੋ ਆਪਾਂ ਸਟਾਰਟ ਕਰਦੇ ਆਂ ਟੂ ਅਡਜਸੈਂਟ ਐਂਗਲ ਕਈ ਬੱਚੇ ਕਹਿਣਗੇ ਅੰਗਰੇਜ਼ੀ ਮੀਡੀਅਮ ਚ ਆਪਣ ਕੋ ਨਾਲ ਪੰਜਾਬੀ ਚ ਵੀ ਤੁਹਾਨੂੰ ਦਿਖਾਵਾਂਗੇ ਪੈਰਲੋਗ੍ਰਾਮ ਆ ਰਿੰਦਾ ਰੇਸ਼ੋ 1:5 ਵਿਚ ਆਫ ਦਾ ਫਾਲੋਇੰਗ ਐਂਗਲਸ ਆਫ ਦਾ ਪੈਰਲੈਲੋਗ੍ਰਾਮ ਪੰਜਾਬੀ ਦੇ ਵਿੱਚ ਵੀ ਆ ਗਿਆ ਸਮਾਨਾਂਤਰ ਚਤੁਰਭੁਜ ਹੈ ਐਦਾਂ ਨਹੀਂ ਮੈਂ ਆਪਾ ਬਣਾ ਦਿੰਦੇ ਆ ਕਹਿੰਦੇ ਜਿਹੜੇ ਲਾਗਵੇਂ ਕੋਣ ਨੇ ਲਾਗਨ ਨਾਲ ਲਗਵੇਂ ਇੱਕ ਰੇਸ਼ੋ 5 ਚ ਨੇ ਮੰਨ ਲਓ x ਹੈ ਤਾਂ ਕਿੰਨਾ ਹੋ ਗਿਆ 5x ਕਿਉਂਕਿ ਕਲੀਅਰ ਕਟ ਦੱਸਿਆ ਵਜੋਂ ਰੇਸ਼ੋ ਦੱਸਭਾਲ ਹੋਵੇ ਤਾਂ ਐਦਾਂ ਲੈਣਾ ਹੁਣ ਆਪਾਂ ਨੂੰ ਪਤਾ ਲੱਗਵੇਂ ਕਿ ਉਹਨਾਂ ਜੋੜ ਕਿੰਨਾ ਹੁੰਦਾ 180 ਕਿਉਂਕਿ ਇਹ ਨਾਲ ਕੀ ਦਿੱਤੀ ਆਪਾਂ ਨੂੰ ਸਮਾਨਾਂਤਰ ਚਤਰਪੋਜ ਤਾਂ x ਤੇ 5x ਬਣ ਗਏ 6x ਤਾਂ x ਬਣ ਗਏ 180 6 ਤਾਂ x ਆ ਗਿਆ ਕਿੰਨਾ 30 ਮਜੇ ਇੰਨਾ ਪਤਾ ਲੱਗ ਗਿਆ ਤਾਂ ਆਪਣਾ ਸਵਾਲ ਅੱਦ ਦੇ ਵੱਧ ਹੱਲ ਹੋ ਗਿਆ ਤਾਂ ਆਹ ਮੁੱਲ ਕਿੰਨਾ ਹੋ ਗਿਆ 30 ਤੇਰੇ ਸਾਹਮਣਾਂ ਵੀ 30 ਹੋ ਗਿਆ ਕਿਉਂਕਿ ਸਮਾਨਾਂਤਰ ਚਤਰਪੋਜਾਂ ਮੂੰਹ ਸਾਹਮਣੇ ਕੋਣ ਹੁੰਦੇ ਬਰਾਬਰ 5x ਦਾ ਮਤਲਬ ਹੈ ਕਿੰਨਾ ਹੋ ਗਿਆ 5 30 150 ਤਾਂ ਆ ਵੀ ਕਿੰਨਾ ਹੋ ਗਿਆ 150 ਤਾਂ ਪਹਿਲਾਂ ਹੀ ਇਹਦੇ ਵਿੱਚ ਆਪਣਾ ਰਾਈਟ ਆਨਸਰ ਬਣ ਗਿਆ 30 150 30 150 ਕਲੀਅਰ ਹੈ ਚਲੋ ਜੀ ਏ ਡੀ ਕਹਿੰਦੇ ਮੱਧਕਾ ਗਈ ਮੱਧਕਾ ਨੂੰ ਅੰਗਰੇਜ਼ੀ ਵਿੱਚ ਬੋਲਦੇ ਆ ਮੀਡੀਅਨ ਤਾਂ ਕੀ ਪਤਾ ਕਰਨਾ ਹੈ ਬੀ ਏ ਡੀ ਬੀ ਡੀ ਦਾ ਆਵਲ ਐਂਗਲ ਪਤਾ ਕਰਨਾ ਹੁਣ ਆਪਣੇ ਕੋਲ ਦੋਤ ਕੋਣਾਂ ਲੈ ਲਓ ਏ ਬੀ ਡੀ ਇੱਕ ਲੈ ਲਓ ਅਤੇ ਮਨ ਚੀ ਲੈ ਲੈਣੇ ਕੋਈ ਜੀ ਕਿਹੜਾ ਸੌਲਵ ਕਰਕੇ ਦਿਖਾਉਣਾ ਉੱਤੇ ਏ ਡੀ ਸੀ ਹੁਣ ਧਿਆਨ ਨਾਲ ਦੇਖੋ ਆਪੂ ਜੇ ਇਹਦੇ ਬਰਾਬਰ ਦਿੱਤੀ ਵੀ ਹੈ ਏ ਬੀ ਬਰਾਬਰ ਹੈ ਏ ਸੀ ਦਿੱਤਾ ਹੈ ਨਾ ਬੀ ਡੀ ਬਰਾਬਰ ਹੈ ਡੀ ਸੀ ਨੀਚੇ ਵਾਲੀ ਕਿਉਂ ਕਿ ਏ ਡੀ ਕੀ ਹੈ ਮੱਧਕਾ ਕੀ ਉਹਨੇ ਬਰਾਬਰ ਬਰਾਬਰ ਵੰਡਤਾ ਇਹਦਾ ਮਤਲਬ ਬੀ ਡੀ ਤੇ ਡੀ ਸੀ ਕੀ ਨੇ ਆਪਸ ਵਿੱਚ ਬਰਾਬਰ ਏ ਡੀ ਦੋਨਾਂ ਦੇ ਵਿੱਚ ਕੀ ਹੈ ਸਾਂਝੀ ਹੈ ਕਾਮਨ ਤਾਂ ਤਿੰਨੇ ਭੁਜਾ ਬਰਾਬਰ ਹੋਗੇ ਇਸ ਲਈ ਕੋਣ ABD ਸਰਵੰਗ ਸਮ ਹੈ ADC ਦੇ ਜਿਹਨਾਂ ਬਕਰਨ ਗੋਰੈਂਡ ਕਹਿੰਦੇ ਨੇ ADC ਦੇ ਹੁਣ ਜੋ ਬਰਾਬਰ ਹੋ ਗਈਆਂ ਜੇ ਬਰਾਬਰ ਹੋ ਗਈਆਂ ਤਾਂ ਇਹਦਾ ਮਤਲਬ ਆਹ ਪਹਿਲੇ ਹੀ ਕੋਣ 65 ਦਾ ਸੀ ਤਾਂ ਵੀ 65 ਦਾ ਸੀ ਕਿਉਂਕਿ ਬਰਾਬਰ ਭੁਜਾਵਾਂ ਦੇ ਸਨਮੁਕੋਣ ਬਰਾਬਰ ਹੁੰਦੇ ਨੇ ਇਹਦਾ ਮਤਲਬ ਆ ਕੀ ਹੋ ਗਿਆ 90 90 ਡਿਗਰੀ ਤੁਸੀਂ ਵੈਸੇ ਵੀ 90 ਲੈ ਸਕਦੇ ਹੋ ਕਿਉਂਕਿ ਮੱਧਕਾ ਦੇਣ ਦਾ ਮਤਲਬ ਇਹਨਾਂ ਦਾ ਇਹ ਸੀ ਤਾਂ ਆ 90 ਬਚ ਗਿਆ 165 ਹੈ ਤਾਂ ਆ ਤੀਜਾ ਕੋਣ ਹੋ ਗਿਆ ਤਾਂ ਤੀਜਾ ਕੋਣ ਤੁਹਾਨੂੰ ਪਤਾ ਕਿੰਨੇ ਦਾ ਹੁੰਦਾ ਤਿੰਨੇ ਗੋਣਾ ਜੋੜਨ ਦੇ 180 ਤਾਂ ਤੀਜਾ ਕੋਣ ਮਤਲਬ ABD ਬਰਾਬਰ ਕਿੰਨੇ ਦੇ ਹੋ ਗਿਆ 180 90 65 ਬਰਾਬਰ ਆ ਗਿਆ 25 ਡਿਗਰੀ बराबर है मतलब ਮੈਂ ਆਪਣੀ ਕਿਹੜੀ ਆਪਸ਼ਨ ਲਾਉਣੀ ਹੈ ਸੀ ਆਪਸ਼ਨ ਆਪਾਂ ਲਾਉਣੀ ਸੀ ਤੇ ਮਿੰਦਾਸ ਵੀਡੀਓ ਤੁਹਾਡੇ ਕਿੰਨੇ ਠੀਕ ਗਏ ਸਵਾਲ ਥੋੜੇ ਯਕੀਨਨ ਜੀ ਗੱਲ ਥੋੜੇ ਜਿ ਹੈ ਲੈਂਥੀ ਨੇ ਤੇ ਟੇਡੇ ਵੀ ਨੇ ਕਨਾਵ ਦੇ ਤਿੰਨ ਲਾਗਵੇਂ ਫਲਕ ਕਨਾਵ ਹੁੰਦਾ ਇੱਟ ਟਾਈਪ ਆਹ ਕਨਾਵ ਬਣਾ ਦਿੰਨੇ ਆ ਲਓ ਜੀ ਕਨਾਵ ਬਣ ਗਏ ਇਹਦੇ ਤਿੰਨ ਲਾਗਵੇਂ ਫਲਕ ਨੇ ਉਹਦਾ ਖੇਤਰਫਲ ਆਪਾਂ ਨੂੰ ਦਿੱਤਾ 16 32 ਤੇ 82 ਤਾਂ ਆਪਾਂ ਨੂੰ ਕੀ ਪੁੱਛਿਆ ਇਹਦਾ ਆਇਤਨ ਪੁੱਛਿਆ ਆਇਤਨ ਦਾ ਮਤਲਬ ਵੋਲਿਊਮ ਪੁੱਛਿਆ ਤਿੰਨ ਲਾਗਵੇਂ ਫਲਕਾਂ ਦਾ ਮਤਲਬ ਹੈ ਜਿਵੇਂ ਕਾਬਲਾ ਫਰੰਟ ਵਾਲਾ ਇੱਕ ਸਾਈਡ ਵਾਲਾ ਇੱਕ ਉੱਚੇ ਲੋਟ ਵਾਲਾ ਠੀਕ ਹੈ ਇੱਧਰ ਲੈ ਲਓ ਆਪਾਂ ਆਹ ਲੈ ਲਓ ਉੱਪਰ ਵਾਲਾ ਲੈ ਲਓ ਜਾਂ ਨੀਚੇ ਵਾਲਾ ਇਹਦਾ ਮਤਲਬ ਆਪਾਂ ਨੂੰ ਦਿੱਤਾ ਕੀ ਹੈ ਪਹਿਲਾ 16 ਐਲ ਬੀ 16 ਬੀ ਐਚ ਦੂਜੀ ਫਲਕ ਬੱਤੀ ਤਿੰਨ ਹੀ ਫਲਕਾਂ ਹੁੰਦੀਆਂ ਨੇ ਇਹ ਚੱਲ 72 ਲੰਬਾਈ ਚੜਾਈ ਚੜਾਈ ਉਚਾਈ ਤੇ ਉਚਾਈ ਲੰਬਾਈ ਤਿੰਨੋਂ ਆਪਣੇ ਕੋਲੇ ਫਲਕਾਂ ਆ ਗਈਆਂ ਪੁੱਛੇਗਾ ਆਇਤਨ ਤਾਂ ਬੜਾ ਸੌਖਾ ਫਾਰਮੂਲਾ ਯਾਦ ਰੱਖਿਓ ਤਿੰਨਾਂ ਦੀ ਗੁਣਾ ਕਰ ਦਿਓ ਖੱਬੇ ਪਾਸੇ ਦੀ ਖੱਬੇ ਪਾਸੇ ਨਾਲ ਸੱਜੇ ਪਾਸੇ ਦੀ ਸੱਜੇ ਪਾਸੇ ਦੇ ਨਾਲ ਹੁਣ ਦੇਖੋ ਐਲ 181 bਾਂ ਵੀ 2 ਹੋ ਗਈਆਂ hਾਂ ਵੀ 2 ਹੋ ਗਈਆਂ ਨਾ ਮਤਲਬ ਕੀ ਉਹਨਾਂ ਦੇ lbh ਦਾ ਵਰਗ ਕਰਤੀ ਗੁਣਾ l² b² h² ਇਧਰ ਕੀ ਬਣ ਗਿਆ 16 32 72 lbh ਦਾ ਸਕੁਅਰ ਕੀ ਬਣ ਗਿਆ 16 32 72 ਮੈਂ ਕਿਉਂ ਕੀਤਾ ਕਿਉਂਕਿ ਮੈਨੂੰ ਚਾਹੀਦਾ lbh ਘਨਾਵਦਾਈਤਨ ਹੁੰਦਾ ਵੋਲਿਊਮ ਹੁੰਦਾ lbh ਹੁਣ 16 32 ਨੂੰ ਦੋ ਟੋਟੀਆਂ 'ਚ ਲਿਖ ਦੋ 16 ਗੁਣਾ 16 ਗੁਣਾ 2 ਗੁਣਾ 72 ਹੁਣ 16 ਗੁਣਾ 16 32 72 ਦੋ ਨਾਲ ਕਰਨਾ ਹੋ ਗਿਆ 144 ਮੈਂ ਦੁਬਾਰੇ ਲਿਖਦਾ ਇੱਕ ਵਾਰੀ LBH² 16 16 2 72 ਗੁਣਾ ਦੇ 144 144 ਨੂੰ ਵੀ ਆਪਾਂ ਕੀ ਲਿਖ ਸਕਦੇ ਹਾਂ 12 12 ਹੁਣ ਸਕੁਅਰ ਹਟਾਉਣਾ ਹੈ ਐਲ ਬੀ ਐਚ ਤੇ ਇਧਰਲੇ ਪਾਸੇ ਕੀ ਲੱਗ ਗਿਆ ਵਰਗਮੂਲ ਸਕੁਅਰ हट ਗਿਆ 16 12 16 12 ਦਾ 192 ਤੇ ਅਨਸਰ ਹੋਣਾ ਸੀ 192 ਹੋਰ ਵੀ ਕਈ ਹਿੱਟ ਐਂਡ ਟ੍ਰਾਇਲ ਮੈਥਡ ਸੀਗੇ ਲੇਕਿਨ ਇਹ ਵਾਲਾ ਮੈਥਡ ਬੜਾ ਈਜੀ ਤੇ ਬੜਾ ਸੌਖਾ ਸੀ ਸਿੱਧੀ ਇਹਨਾਂ ਤਿੰਨਾਂ ਦੀ ਗੁਣਾ ਕਰਕੇ ਉਹਦਾ ਕੀ ਲੈ ਲੈਣਾ ਸੀ ਵਰਗਮੂਲ ਹੁਣ ਅਗਲਾ ਸਵਾਲ ਦੇਖੋ ਸਿੱਧੀ ਵੈਲਿਊ ਭਰਨੀ ਹੈ ਕੁਝ ਨਹੀਂ a ਦਾ ਮੁੱਲ ਭਰਨਾ ਹੈ -1 b ਦਾ b ਦਾ 2 ਜਿੱਥੇ a ਲਿਖਿਆ ਉੱਥੇ -1 2 ਬਸ ਇੰਨਾ ਹੀ ਕੰਮ ਹੈ ਜਿੱਥੇ b ਲਿਖਿਆ ਉੱਥੇ ਕਿੰਨਾ ਭਰ ਦੋ 2 ਬ੍ਰੈਕਟਾਂ 'ਚ ਲਿਖ ਦਿਓ ਬ੍ਰੈਕਟ ਦਾ ਮਤਲਬ ਹੈ ਇੱਥੇ ਆਪਾਂ ਗੁਣਾ ਲੈ ਰਹੇ ਹਾਂ -1 2 ਦਾ ਸਕੁਅਰ ਜੋੜ 2 ਦਾ ਕਯੂ ਹੁਣ -1 ਦਾ ਕਯੂ ਕਿੰਨਾ ਦਾ -1 -1 ਦਾ ਸਕੁਅਰ ਹੋ ਗਿਆ 1 1 ਦੁਣੀ 2 -4 ਕਿਉਂਕਿ 9th ਦੇ ਬੱਚੇ ਮੈਨੂੰ ਲੱਗਦਾ ਤੁਹਾਨੂੰ ਮੈਨੂੰ ਨਜ਼ਾਰਾ ਦੱਸਣ ਦੀ ਜ਼ਰੂਰਤ ਨਹੀਂ ਹੈ ਹੁਣ ਜੋੜ ਵਾਲੇ ਕਿੰਨੇ ਨੇ 10 ਨੇ ਵਿੱਚੋਂ ਘਟਾਉਣੇ ਆ 5 10 ਚ 5 ਘੱਡੇ ਕਿੰਨੇ ਆ ਗਏ 5 ਆ ਗਏ 5 ਮਤਲਬ অপਸ਼ਨ ਸੀ ਲਾਉਣੀ ਸੀ ਚੈਨਲ ਨੂੰ ਨਾ ਸਬਸਕ੍ਰਾਈਬ ਕਰ ਲਿਓ ਜੇ ਬਾਈ ਚਾਂਸ ਕਿਸੇ ਨੇ ਨਹੀਂ ਕੀਤਾ ਕਿਉਂਕਿ ਫਿਊਚਰ ਦੇ ਵਿੱਚ ਇਹ ਤਾਂ ਵੀਡੀਓ ਆਈ ਜਾਂਦੀਆਂ ਨੇ ਆਪਣੀਆਂ ਫਿਰ ਤੁਹਾਨੂੰ ਨਾਲ ਦੀ ਨਾਲ ਮਿਲਦੀ ਰਹਿਣਗੀ ਮੱਧਮਾਨ ਮੱਧਮਾਨ ਕੀ ਹੁੰਦਾ ਜਿਵੇਂ ਮੰਨ ਲਓ 5 7 ਤੇ 9 ਐ ਇਹਦਾ ਆਪ ਮੱਧਮਾਨ ਕੱਢਣਾ ਤਿੰਨਾਂ ਦਾ ਜੋੜ ਕਰਦੇ ਹੁੰਨੇ ਆ ਵੰਟੇ ਕਰਦੇ ਨੇ ਤਿੰਨ 5+7+12+9 21 ਵੰਟੇ 3 ਕਿੰਨਾ ਆ ਗਿਆ 7 ਐਗਜ਼ਾਮਪਲ ਲੈ ਲਈ ਆਪਾਂ ਨੇ ਹਰ ਪ੍ਰੀਖਣ ਤੋਂ ਵੱਡਾ 7 ਸਾਰਿਆਂ ਤੋਂ ਵੱਡਾ ਨਹੀਂ ਹੈ ਪ੍ਰੀਖਣ ਦਾ ਮਤਲਬ ਹੋ ਗਿਆ 5 7 ਤੇ 9 5 7 9 ਤੋਂ ਛੋਟਾ ਹੈ ਤਾਂ ਗਲਤ ਹੋ ਗਿਆ ਹਰ ਪ੍ਰੀਖਣ ਤੋਂ ਛੋਟਾ ਹਾਂ ਦਾ ਛੋਟਾ ਨਹੀਂ ਹੁੰਦਾ 7 5 ਤੋਂ ਵੱਡਾ ਇਹ ਸਭ ਤੋਂ ਛੋਟੇ ਅਤੇ ਸਭ ਤੋਂ ਵੱਡੇ ਬ੍ਰੇਖਣ ਦੇ ਵਿਚਕਾਰ ਹੁੰਦਾ ਹੈ ਠੀਕ ਹੈ ਵਿਚਕਾਰ ਮਤਲਬ ਵਿਚਾਲੇ ਹੁੰਦਾ ਐ ਨਹੀਂ ਵੀ ਬਿਲਕੁਲ ਸੈਂਟਰ 'ਚ ਹੁੰਦਾ ਇਹ ਸਭ ਤੋਂ ਛੋਟੇ ਅਤੇ ਸਭ ਤੋਂ ਵੱਡੇ ਬ੍ਰੇਖਣ ਦੇ ਵਿਚਕਾਰ ਸਭ ਤੋਂ ਛੋਟਾ ਕੀ ਸੀ 5 ਸਭ ਤੋਂ ਵੱਡਾ ਕੀ ਸੀ 9 ਹੈਗਾ ਨਾ ਵਿਚਕਾਰ ਦੋਨਾਂ ਦੇ ਹਾਂ ਤਾਂ ਇਹਦੇ ਲਈ ਆਪਸ਼ਨ ਲੈਣੀ ਹੈ ਸੀ ਕਿਨਾਰ ਦੇ ਫਲਕ ਹਮੇਸ਼ਾ ਕਿਸਕਾਰ ਦੇ ਹੁੰਦੇ ਹਨ ਕਿਨਾਰ ਮੈਂ ਹੁਣੀ ਬਣਾ ਕੇ ਟਿਆ ਇਹ ਲਾ ਬਣਾਇਆ ਚ ਦੁਬਾਰੇ ਬਣਾ ਦਿੰਨੇ ਕੋਈ ਗੱਲ ਨਹੀਂ ਤਾਂ ਫਲ ਕਿਹੜੇ ਕਿੱਦਾਂ ਦੇ ਨੇ 2 ਮਹੀਨੇ ਰੈਕਟੈਂਗਲ ਹੀ ਬਣਾਈਆਂ ਸੀ ਆਇਤ ਤਾਂ ਸਿੱਧਾ ਹੀ ਇਹਦਾ ਬੜਾ ਸੌਖਾ ਹੈ অপਸ਼ਨ B ਆ ਪੈਟਰਨ ਪੂਰਾ ਕਰਨਾ ਨਿੱਕੇ ਬੱਚਿਆਂ ਵਾਲਾ ਕੰਮ ਹੈ A B C D ਕੀ ਆ ਗਿਆ E 5 8 11 14 2-2 ਛੱਡ ਕੇ 17 D ਫੇਰ ਇੱਕ ਛੱਡ ਦੋ D ਤੋਂ ਬਾਅਦ E ਛੱਡਿਆ F f ਤੋਂ ਬਾਅਦ g ਛੱਡਿਆ h i ਛੱਡਿਆ j k ਛੱਡਿਆ l ਅਨਸਰ ਕੀ ਆ ਗਿਆ e 17 l ਇਦਾਂ ਦੇ ਸਵਾਲ ਤੁਹਾਨੂੰ ਬੇਟਾ ਜੋ ਤੁਸੀਂ ਕੋਈ ਕੰਪੀਟੀਸ਼ਨ ਲੜੋਗੇ ਉਹਦੇ ਵਿੱਚ ਵੀ ਆਉਣਗੇ ਸੋ ਬੜੇ ਧਿਆਨ ਨਾਲ ਕਰਨੇ ਨੇ ਅਗਲਾ ਸਵਾਲ ਦੇਖਣਾ ਹੈ ਮੀ ਵਾਲੇ ਦਿਨ 75% ਬੱਚੇ ਸਕੂਲ ਵਿੱਚ ਹਾਜ਼ਰ ਹੋਏ ਜੋ ਕਿ ਕੁੱਲ ਗਿਣਤੀ ਕੁੱਲ ਗਿਣਤੀ ਮਤਲਬ ਹੋ ਗਈ x x ਦਾ 75% ਬਰਾਬਰ ਹੈ ਜਿੰਨੀ ਗਿਣਤੀ ਦਿੱਤੀ ਉਹਦੇ ਬਰਾਬਰ ਹੈ ਕਿੰਨੀ ਗਿਣਤੀ ਦਿੱਤੀ ਹੈ 48 दा, दा दा 48 ਦਾ 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 ਮਤਲਬ ਹੈ ਗੁਣਾ 75/100 ਬਰਾਬਰ ਹੈ 48 ਤਾਂ x ਬਰਾਬਰ ਕਿੰਨਾ ਹੋ ਗਿਆ 48 100 75 25 ਦੇ ਕੱਢ ਗਿਆ 25 ਚੋਕਾ 125 3 75 3 ਨੇ ਦੇ ਕੱਢ ਗਿਆ 16 ਤਾਂ 16 ਚੋਕੀ ਕਿੰਨੇ ਬਣ ਗਏ 64 64 ਤਾਂ 64 ਤੁਹਾਡਾ ਕੀ ਆ ਗਿਆ ਅਨਸਰ ओके ਅੰਗਰੇਜ਼ੀ ਮੀਡੀਅਮ ਵਿੱਚ ਗੇ ਸਾਨੂੰ ਭੁੱਲ ਗਏ ਕੋਈ ਗੱਲ ਨਹੀਂ ਅੰਗਰੇਜ਼ੀ ਮੀਡੀਅਮ ਦੇ ਵਿੱਚ ਵੀ ਸੇਮ ਸੀ ਇੱਥੇ ਕੀ ਲਿਖ ਸਕਦੇ ਸੀ 75% ਆਫ ਐਕਸ ਦਾ ਆਫ ਐਕਸ ਬਰਾਬਰ ਹੈ 48 ਸੇਮ ਉਸੇ ਤਰ੍ਹਾਂ ਹੀ ਸਵਾਲ ਜਿਵੇਂ ਆਪਾਂ ਕੀਤਾ ਉਦਾਂ ਹੀ ਕਰਨਾ ਸੀ ਮੰਥਲੀ ਸੈਲਰੀ ਆਫ ਮਨੀਸ਼ ਹੀ ਡਿਕਰੀਜ਼ਡ ਬਾਈ 20% ਕੋਈ ਮਨੀਸ਼ ਆ ਉਹਦੀ ਜਿਹੜੀ ਮੰਥਲੀ ਸੈਲਰੀ ਹੈ ਪਹਿਲਾਂ ਡਿਕਰੀਜ਼ ਹੋ ਗਈ ਘਟ ਗਈ 20% ਫਿਰ ਇਨਕਰੀਜ਼ ਕਰਤੀ 25% ਦੱਸੋ ਹੁਣ ਉਹਦੀ ਸੈਲਰੀ ਕਿੰਨੀ ਹੈ ਪੰਜਾਬੀ ਜਿਵੇਂ ਸਮਝਾ ਦਈਏ ਮਨੀਸ਼ ਦੀ ਮਾਸਿਕ ਤਨਖਾਹ ਮੈਂ ਉਹਰੇ ਕੀ ਕਰਦਾ ਪਹਿਲੇ 100 ਰੁਪਏ ਮੰਨ ਲੈਣਾ ਕਿਉਂਕਿ ਆਪਾਂ ਤਾਂ ਪਰਸੈਂਟੇਜਾਂ ਦੀ ਗੱਲ ਕਰਨੀ ਹੈ 100 ਰੁਪਏ ਸੀ 20% ਘਟ ਗਈ ਕਿੰਨੀ ਰਹਿ ਗਈ 80 ਰੁਪਏ ਫਿਰ ਕਿੰਨੀ ਵਧ ਗਈ 25% ਤੁਸੀਂ ਕਹਿੰਗੇ ਸਿੱਧੇ ਹੀ 20 ਕਿਉਂ ਘਟਾਤਾ ਬੇਟਾ ਪਰਸੈਂਟ ਸੀ ਮੈਂ ਲੈਂਦਾ ਹੀ 100 ਆ 25% ਵੱਧ ਗਈ ਲੋ ਜੀ 80 ਸੀ ਕਿੰਨੀ ਵੱਧ ਗਈ 25% 25/100 25 1 25 2500 ਕੋ 100 b b ਰੁਪਏ ਵੱਧ ਗਈ 80 ਪਹਿਲਾਂ ਸੀ 20 ਵੱਧ ਗਈ ਕਿੰਨੀ ਹੋ ਗਈ ਹੁਣ 100 ਪਹਿਲਾਂ ਕਿੰਨੀ ਸੀ 100 ਹੁਣ ਕਿੰਨੀ ਹੈ 100 ਤੇ ਫਿਰ ਹੋਇਆ ਕੀ ਪਹਿਲਾਂ ਵਾਲੀ ਤਨਖਾਹ ਦੇ ਕੀ ਹੋ ਗਿਆ ਬਰਾਬਰ ਹੋ ਗਿਆ ਦਸੀ ਆਪਸ਼ਨ ਲਿਖ ਦੇਣੀ ਹੈ ਪਹਿਲਾਂ ਜਿੰਨੀ ਸੀ 19 ਉਹਦੀ ਤਨਖਾਹ ਹੁਣ ਰਹੇਗੀ 8 ਵਿਦਿਆਰਥੀਆਂ ਨੇ ਇੱਕ ਸਮੂਹ ਸੀ ਉਹਦਾ ਮੱਧਮਾਨ ਕਿੰਨਾ ਸੀ 14 ਇੱਕ ਵਿਦਿਆਰਥੀ ਜਿਸ ਦੀ ਉਮਰ 17 ਸੀ ਉਸ ਦੀ ਜਗ੍ਹਾ ਇੱਕ ਨਵਾਂ ਵਿਦਿਆਰਥੀ ਜਿਸ ਦੀ ਉਮਰ 15 ਸਾਲ ਹੈ ਸਮੂਹ ਚ ਸ਼ਾਮਿਲ ਹੋ ਜਾਂਦਾ ਹੈ 17 ਵਾਲਾ ਕੱਢ ਦੋ 15 ਵਾਲਾ ਪਾ ਦਿਓ ਬਸ ਇੰਨੇ ਕੰਮ ਹੈ ਪਹਿਲਾਂ ਕਿੰਨੇ ਵਿਦਿਆਰਥੀ ਨੇ 8 ਮੱਧਮਾਨ ਕਿੰਨਾ ਹੈ 14 ਮਤਲਬ ਟੋਟਲ ਕਿੰਨਾ ਬਣ ਗਿਆ 112 17 ਵਾਲਾ ਕੱਢਿਆ 15 ਵਾਲਾ ਪਾਇਆ 17 ਵਾਲਾ ਕੱਢੋ 15 ਵਾਲਾ ਪਾ ਦਿਓ ਤਾਂ ਟੋਟਲ ਕਿੰਨਾ ਬਣ ਗਿਆ ਹੁਣ 110 ਗਿਣਤੀ ਉਨੀ ਹੀ ਰਹਿਣੀ ਹੈ ਕਈ ਬੱਚੇ ਕਹਿੰਦੇ ਗਿਣਤੀ ਘਟ ਗਈ ਤਾਂ 110 ਨੂੰ 8 ਤੇ ਵੰਡ ਦੋ ਹੁਣ ਜਦੋਂ 110 ਨੂੰ 8 ਤੇ ਵੰਡੋਗੇ 8 1 8 3 ਬਚ ਗਏ 30 8 3 24 13.75 ਜੇ ਆਪਾਂ ਕਹਿ ਸਕਦੇ 13 ਸਹੀ 6 8 13 ਸਾਲ ਤਾਂ ਪੂਰੇ ਹੋ ਗਏ ਤੇ ਆ ਕਿੰਨਾ ਬਣ ਗਿਆ 3 4 3 4 ਹੁੰਦਾ 9 ਮਹੀਨੇ 13 ਸਾਲ ਤੇ 9 ਮਹੀਨੇ ਸੀ ਆਪਸ਼ਨ ਆਪਾਂ ਲਿਖਣਾ ਸੀ AOC ਅਤੇ BOC ਕੀ ਨੇ ਇਹ ਨੂੰ ਆਪਾਂ ਰੇਖੀ ਜੋੜੀ ਵੀ ਕਹਿ ਸਕਦਾ ਰੇਖੀ ਜੋੜੀ ਲਿਖਿਆ ਨਹੀਂ ਤੇ ਇਹਨਾਂ ਨੂੰ ਆਪਾਂ ਕੀ ਲਿਖਾਂਗੇ ਕੋਣ ਸੰਪੂਰਕ ਕੋਣ ਸਪਲੀਮੈਂਟਰੀ ਐਂਗਲ ਕਿਉਂ ਕਿ ਕਿ ਦੋਨੋਂ ਜੁੜ ਕੇ ਕੀ ਬਣਾਉਂਦੇ ਨੇ 180 ਡਿਗਰੀ ਪੂਰਕ ਦਾ ਮਤਲਬ ਹੁੰਦਾ 90 ਕੋਣ ਸਨਮੁਖ ਹੁੰਦਾ ਮੋ ਸਾਹਮਣੇ ਜਿਵੇਂ ਆਪ ਬਣਾ ਲਈਏ ਤੇ ਇਹਨਾਂ ਨੂੰ ਆਪਾਂ ਬੋਲ ਦਿੰਨਾ ਸਨਮੁਖ ਕੋਣ ਠੀਕ ਹੈ ਅੰਗਰੇਜ਼ੀ ਜਿਹਨੂੰ ਕੀ ਬੋਲਦੇ ਆਪਾਂ ਸਪਲੀਮੈਂਟਰੀ ਐਂਗਲ ਅੱਗੇ ਆਪਾਂ ਏਰੀਆ ਕੱਢਣਾ ਬੜਾ ਸੌਖਾ ਹੈ ਖੇਤਰਫਲ ਕੱਢਣਾ ਆਪੂਜਾ ਕਿੰਨੀ ਹੈ 36 ਤੇ ਖੜਮੀ ਕਿੰਨੀ ਹੈ 24 ਖੜਮੀ ਮਤਲਬ ਇੱਥੇ ਲਿਖ ਦੋ ਇੱਥੇ ਵੀ ਤੇ 24 ਰੂ ਕੋ ਫਰਕ ਪੈ ਜੂ ਸੇਮ ਹੀ ਆਉਣੀ ਹੈ ਤੇਰਾ ਫਾਰਮੂਲਾ ਸੌਖਾਂ ਦਾ ਆਧਾਰ ਗੁਣਾ ਆਧਾਰ ਗੁਣਾ ਸ਼ਿਖਰ ਲੰਭ 36 ਗੁਣਾ 24 ਪਰ ਇਹ ਟ੍ਰਾਇੰਗਲ ਹੈ ਤੇਰੇ ਮੂਰੇ ਕੀ ਲਾਵਾਂਗੇ ਆਪਾਂ 1/2 ਕਿਉਂਕਿ ਕੱਲੇ ਸ਼ੇਡਡ ਦਾ ਕੱਢਣਾ ਪੂਰੀ ਦਾ ਨਹੀਂ ਸੀ ਕੱਢਣਾ ਤਾਂ 1/2 36/ 36 24 18 ਹੁਣ 18 24 ਹੁੰਦਾ 432 ਬੀ ਆਪਸ਼ਨ ਆਪਾਂ ਲਾ ਦੇਣੀ ਸੀ 33ਵੇਂ ਸਵਾਲ ਆਪਾਂ ਸਟਾਰਟ ਕਰੀ ਹੁਣ ਕਨਾਵਕਾਰ ਦੇ ਲੱਕੜ ਦੇ ਟੁਕੜੇ ਦੀ ਲੰਬਾਈ ਚੌੜਾਈ ਉਚਾਈ 10 ਸਮ ਲੰਬਾਈ 10 ਤੇ ਜਿਹੜੀ ਚੌੜਾਈ ਹੈ ਉਹ 8 ਹੈ ਤੇ ਜਿਹੜੀ ਉਚਾਈ ਹੈ ਉਹ ਕਿੰਨੀ ਹੈ 6 ਹੈ ਇਸ ਦੇ ਵਿੱਚੋਂ ਕੋਈ ਟੁਕੜਾ ਲੈਣਾ ਵੱਡਾ ਵੱਡੇ ਤੋਂ ਵੱਡਾ ਜੇ ਦੀ ਲੰਬਾਈ ਚੜਾਈ ਉਚਾਈ ਕੀ ਹੋਵੇ ਬਰਾਬਰ ਹੋਵੇ ਜਿਵੇਂ ਮੈਂ ਜਿਹੜਾ ਨਵਾਂ ਟੁਕੜਾ ਲਵਾਂਗਾ ਉਹਦੀ ਲੰਬਾਈ ਮੈਂ 10 ਲੈ ਲੈਣਾ ਤਾਂ ਉਹਦੀ ਚੜਾਈ ਤੇ ਉਚਾਈ ਨਹੀਂ 10 ਮੈਂ ਬਣਾ ਸਕੂਗਾ ਤੇ ਜਿਹੜਾ ਸਭ ਤੋਂ ਘੱਟ ਉਹ ਲੈ ਲੈਣਾ 6 ਤਾਂ ਹੁਣ ਜਿਹੜੀ ਨਮੀ ਬੰਨੀ ਐ ਐਲ ਬੀ ਐਚ ਕਿਉਂਕਿ ਆਪਾਂ ਕੱਢਣਾ ਵੋਲਿਊਮ ਨਵੇਂ ਬਣੇ ਟੁਕੜੇ ਦਾ ਵੋਲਿਊਮ 6 6 6 6 6 36 6 216 ਪਰ ਧਿਆਨ ਰੱਖਣਾ 216 ਵਾਲੇ ਆਪਣੇ ਕੋਲ ਦੋ ਨੇ ਆਪਾਂ ਕਿਹੜਾ ਲਈਏ ਤਾਂ volume ਵਿੱਚ ਆ ਗੀਨ ਦਾ ਕਣ ਸੈਂਟੀਮੀਟਰ ਤਾਂ ਤੁਸੀਂ ਡੀ অপਸ਼ਨ ਤੇ ਟਿੱਕ ਲਗਾਉਣਾਗਾ ਧਿਆਨ ਰੱਖਣਾ ਕਿ ਕਿਹੜਾ volume ਹੁੰਦਾ ਉਹ ਕਯੂਬਿਕ ਸੈਂਟੀਮੀਟਰ ਹੁੰਦਾ ਸਮਦੀ ਘਾਤ 3 ਪੰਜਾਬੀ ਚ ਉਹਨੂੰ ਕਣ ਸੈਂਟੀਮੀਟਰ ਵੀ ਕਹਿ ਸਕਦੇ ਆ ਦਿੱਤੀ ਕਿਰਤੀ ABCD ਇੱਕ ਵਰਗ ਹੈ ਜਿਹਦੀ ਭੂਜਾ ਕਿੰਨੀ ਹੈ 28 28 ਤਾਂ ਛਾਇਦਾਰ ਭਾਗ ਦਾ ਖੇਤਰਫਲ ਪਤਾ ਕਰਨਾ ਹੈ ਸਿੰਪਲ ਹੈ ਪਹਿਲਾਂ ਆਪਾਂ ਪੂਰੇ ਦਾ ਏਰੀਆ ਕੱਢਾਂਗੇ ਉਹਦੇ ਵਿੱਚੋਂ ਆਪਾਂ ਚਾਰੇ ਚੱਕਰਾਂ ਦਾ ਖੇਤਰਫਲ ਘਟਾ ਦੇਣਾ ਬਸ ਇੰਨਾ ਕੰਮ ਹੈ ਆਪਣਾ ਤਾਂ ਦੇਖੋ ਪੂਰੇ ਚੱਕਰ ਦਾ ਖੇਤਰਫਲ ਕਿੰਨਾ ਹੈ 28 28 ਬਰਾਬਰ ਉਹਦਾ 784 ਤਾਂ ਪੂਰੇ ਚੱਕਰ ਦਾ ਖੇਤਰਫਲ ਹੈ 784 ਹੁਣ ਸਾਰੀ ਲੈਂਥ ਦੇਖੋ ਕਿੰਨੀ ਹੈ 28 ਕਿਉਂ ਦਿੱਤਾ ਹੀ ਆਪਾਂ 28 ਹੈ ਨਾ ਤਾਂ ਵਿੱਚ ਆ ਚੱਕਰ ਦਾ ਕਿੰਨਾ ਬਚ ਗਿਆ 14 ਤਾਂ r ਕਿੰਨੀ ਬਚ ਗਈ 7 ਹੁਣ πr ਦੀ 2 ਆਪਾਂ ਨੂੰ ਪਤਾ ਚੱਕਰ ਦਾ ਖੇਤਰਫਲ ਹੁੰਦਾ π ਮਤਲਬ 22/7 7 7 7 ਨਾਲ 7 ਕੱਢ ਕੇ ਕਿੰਨਾ ਆ ਗਿਆ 154 ਤਾਂ 154 ਸਿਰਫ ਇੱਕ ਚੱਕਰ ਦਾ ਖੇਤਰਫਲ ਆ ਮੈਨੂੰ ਕਿੰਨੇ ਚੱਕਰਾਂ ਦਾ ਲੈਣਾ ਚਾਰ ਦਾ ਤਾਂ 4 154 ਕਿੰਨਾ ਬਣ ਗਿਆ 616 ਤਾਂ ਪੂਰਾ ਏਰੀਆ ਸੀ 784 ਵਿੱਚੋਂ ਕਿੰਨਾ ਘਟ ਗਿਆ ਚੱਕਰਾਂ ਦਾ 616 616 ਘਟਾ ਕੇ ਆਪਣੇ ਕੋਲ ਬਚ ਗਿਆ 168 ਤਾਂ ਜਿਹੜਾ ਛਾਇਆ ਭਾਗ ਆ ਉਹਦਾ ਖੇਤਰਫਲ ਕਿੰਨਾ 168 ਭਾਵੇਂ ਤੁਸੀਂ ਕਿਹੜੀ অপਸ਼ਨ ਲਾਉਣੀ ਹੈ ਏ অপਸ਼ਨ ਆ ਅਸੀਂ ਸਿਰਫ ਇੰਨਾ ਕੀ ਕੱਢਣਾ ਸੀ ਆਪਾਂ ਚੱਕਰ ਛੱਡਨੇ ਸੀ ਵਿੱਚੋਂ ਠੀਕ ਹੈ ਨਾ ਸਮਝ ਲੱਗ ਗਿਆ ਠੀਕ ਹੈ x ਦਾ ਮੁੱਲ ਪਤਾ ਕਰਨਾ ਕਿੰਨਾ ਸੌਖਾ ਵਾ ਸਾਰਾ ਕੋਣ ਕਿੰਨਾ ਹੈ 360 ਬਸ ਜੋੜ ਕਰ ਦੇ ਇੱਕ ਜਗ੍ਹਾ ਤੇ ਸ਼ੁਰੂ ਕਰ ਲੈ ਦੋ ਐਕਸ ਜੋੜ ਦੋ ਐਕਸ ਜੋੜ ਚਾਰ ਜੋੜ ਤੇ ਨੈਕਸ ਘਟਾਓ ਇੱਕ ਛੱਡਣਾ ਨਹੀਂ ਕੋਈ ਵਿੱਚੋਂ ਪਹਿਲੜੀ ਵਾਰੀ ਲਿਖੀਏ 2x ਘਟਾਓ 2 x ਘਟਾਓ 11 ਬਰਾਬਰ 360 ਹੁਣ 2x ਤੇ 2 4 4 ਤੇ 3 7 ਤੇ 2 9 ਤੇ 10 x ਆ ਬਣ ਗਿਆ 10 ਅੰਕ ਦੇਖੋ 4 ਜੋੜ ਦੇ ਇੱਕ ਘਟਾਓ ਦਾ 3 ਰਹਿ ਗਏ ਫਿਰ 2 ਘਟਾਤੇ 1 ਕਰ ਰਹਿ ਗਿਆ 11 ਘਟਾਤੇ ਘਟਾਓ ਦੇ 10 ਤਾਂ 10 ਉਧਰ ਚਲਾ ਗਿਆ ਜੋੜਦਾ ਹੋ ਗਿਆ 370 ਤਾਂ x ਕਿੰਨਾ ਹੋ ਗਿਆ 370 ਵਟੇ 10 x ਬਰਾਬਰ ਹੈ 37 ਡਿਗਰੀ 37 ਬਾਬ D অপਸ਼ਨ ਦੇ ਉੱਤੇ ਟਿੱਕ ਲਗਾਉਣਾ ਸੀ ਦਿੱਤੇ ਬਿੰਦਕ ਵਿੱਚ p² ਦਾ ਗੁਣਾਕ ਪਤਾ ਕਰਨਾ ਕੋਫੀਸ਼ੀਐਂਟ ਆ ਹੈਗਾ p² ਇਦਾਂ ਹੀ ਲਿਖ ਲੋ ਰਕਮ ਨੂੰ ਬਸ ਤੀ ਸਕਰ ਨੂੰ ਵਿੱਚੋਂ ਹਟਾ ਦਿਓ। ਵਿੱਚੇ ਕੀ ਬਚ ਗਿਆ? ਗੁਣਾਕ ਕਿਉਂ ਐਨਾ ਹੀ ਕੰਮ ਹੈ? ਉਹ ਕੰਮ ਹੀ ਕੁਛ ਨਹੀਂ। ਬਿਣਾ ਰੰਗੇ ਭਾਗ ਦਾ ਖੇਤਰਫਲ ਬਤਾ ਕਰਨਾ ਹੈ ਏਰੀਆ। ਆਹਗਾ ਬਿਣਾ ਰੰਗਿਆ ਭਾਗ। ਠੀਕ ਹੈ ਜੀ। ਤੇ ਆਪਾਂ ਇਹਨੂੰ ਦੋ ਭਾਗਾਂ 'ਚ ਬਣਾ ਦਿੰਨੇ ਸੌਖਾ ਕੰਮ ਹੈ। ਲਓ ਜੀ। ਇੱਕ ਉੱਪਰਲੀ ਆਇਤ ਬਣ ਗਈ। ਇੱਕ ਨੀਚੇ ਬਣ ਗਿਆ ਏਰੀਆ। ਉੱਪਰਲੀ ਆਇਤ ਦੀ ਲੰਬਾਈ ਕਿੰਨੀ ਹੈ ਐਕਸ ਆ ਸੀ ਤੇ ਐਕਸ ਹੀ ਆ ਸੀ ਜੇ ਸਿੱਧੀ ਲੈ ਲਓ ਨੀਚੋਂ ਪਤਾ ਲੱਗਦਾ ਕਿੰਨੀ ਹੈ ਲੰਬਾਈ ਦੁਬਾਰੇ ਸਮਝੋ ਆ ਲੰਬਾਈ ਕਿੰਨੀ ਹੈ ਜਿੰਨੀ ਨੀਚੇ 2x ਤੇਰਾ ਏਰੀਆ ਕਿੰਨਾ ਬਣ ਗਿਆ 2x y ਤਾਂ 2xy ਬਣ ਗਈ ਕਲੀਅਰ ਹੈ ਤਾਂ ਆ ਏਰੀਆ ਹੋ ਗਿਆ 2x y ਉਹ ਨੀਚੇ ਵਾਲਾ ਦੇਖੋ ਇਹ ਕਿੰਨਾਗਾ ਲੰਬਾਈ x ਹੈ ਤੇ ਜਿਹੜੀ ਚੜਾਈ ਹੈ ਉਹ ਵੀ x ਹੈ ਕਿਉਂਕਿ ਪੂਰਾ x ਤਾਂ ਕਿੰਨਾ ਬਣ ਗਿਆ x ਦਾ ਸਕਰ ਤਾਂ ਏਰੀਆ ਬਣ ਗਿਆ 2xy x² ਯਾਨੀ ਕਿ অপਸ਼ਨ ਨੰਬਰ ਸੀ ਤੀਜੀ অপਸ਼ਨ ਆਪਾਂ ਇਹਦੀ ਟਿੱਕ ਲਗਾ ਦੇਣੀ ਹੈ ਬੜਾ इजी ਜਿਹਾ ਸਵਾਲ ਸਮਦੋਪੁਜੀ ਸਮਲੰਭ ਚਤਰਪੁਜ ਟਰਾਪੀਜੀਅਮ ਹੈ ਸਮਦੋਪੁਜੀ ਹੈ ਦੋ ਭਜਾਵਾਂ ਬਰਾਬਰ ਨੇ ਇਹਦਾ ਏਰੀਆ ਪੁੱਛਿਆ ਦਿੱਤਾ ਕੀ ਆਪਾਂ ਨੂੰ 12 बाई ਆ ਦਿੱਤਾ 13 13 ਹਣਾ 13 13 ਕਲੀਅਰ ਹੈ ਤਾਂ ਆਪਾਂ ਕੀ ਕਰਨਾ ਇਹਦੇ ਚ ਇੱਕ ਲੰਬ ਖਿੱਚ ਲੈਣਾ ਇੱਥੋਂ ਪਹਿਲੇ ਤੇ ਇਹਦਾ ਨਾਮ ਰੱਖ ਦੋ ਸ਼ਕਲ ਜ਼ੂਮ ਕਰਕੇ ਦਿਖਾਉਣਾ ਸਮਝ ਲਈਓ ਜੀ ਇਹ b c d ਹੁਣ ਜੇ ਮੈਂ ਦੋ ਲੰਬ ਖਿੱਚਦੇ ਇਹਦਾ ਨਾਮ ਰੱਖਤਾ p ਇਦਾਂ ਕਿਉਂ ਖਿੱਚਤੀ ਹੁਣ ਤੁਹਾਨੂੰ ਸਾਰਿਆਂ ਨੂੰ ਕਲੀਅਰ ਹੈ ਵੀ ਜਿਹੜੇ ਨੀਚੇ ਵਾਲੇ ਇੰਨੀ ਭੂਜਾ ਬਚ ਗਈ ਹੈ ਕਿੰਨੀ ਬਚ ਗਈ ਇਹ ਵੀ ਤਾਂ 12 ਹੀ ਹੋਗੀ ਉੱਪਰਲੀ ਦੇ ਬਰਾਬਰ ਤਾਂ ਨੀਚੇ ਵਾਲੇ ਕਿੰਨੇ-ਕਿੰਨੇ ਬਚ ਗਿਆਂ 5-5 ਕਿਉਂਕਿ ਦੋਨੇ ਪਾਸੇ ਬਰਾਬਰ ਹੈ ਕਿਉਂਕਿ 13-13 ਸੀ ਹੁਣ ਇਹ 13 ਇਹ 5 ਸਮਕੋਣੀ ਤਕੋਣ ਹੈ ਸਮਕੋਣੀ ਤਕੋਣ ਦੇ ਵਿੱਚ ਆਹ ਭੂਜਾ ਕਿਵੇਂ ਕੱਢੀ ਜਾਂਦੀ ਸਭ ਨੂੰ ਪਤਾ ਹੈ 13 ਦਾ ਸਕੁਅਰ ਘਟਾਓ 5 ਦਾ ਸਕੁਅਰ ਉੱਪਰ ਲੱਗੇ ਵਰਗਮੂਲ 169 ਘਟਾਓ 25 ਕਿੰਨਾ ਬਣ ਗਿਆ 144 144 ਦਾ ਵਰਗਮੂਲ ਕਿੰਨਾ ਹੁੰਦਾ ਹੈ 12 ਬਾਜੀ ਤੁਹਾਨੂੰ ਇਹ ਲੈਂਥ ਪਤਾ ਲੱਗੀ 12 ਅੱਗੇ ਸਵਾਲ ਕੁਝ ਵੀ ਨਹੀਂਗਾ ਬੜਾਈ ਜੀ ਹੈ ਹੁਣ ਤੁਹਾਨੂੰ ਮੈਂ ਸਵਾਲ ਥੋੜਾ ਛੋਟਾ ਵੀ ਕਰ ਦੇਣਾ ਸ਼ਕਲ ਉਹਨਾ ਕਿੰਨਾ ਹੈ 12 1/2 ਗੁਣਾ 12 ਜੋੜ 22 ਫਾਰਮੂਲਾ ਲਾਤਾ ਇਰੇ ਸਮਾਨੰਤਰ ਪੁਜਾਮਾ ਦਾ ਜੋੜ ਗੁਣਾ ਵਿਚਕਾਰਲੀ ਦੂਰੀ 12 ਦੋ ਨਾਲ ਘੱਟ ਗਿਆ 6 ਇਹ ਹੁੰਦਾ 34 6 34 6 ਦਾ 204 ਕਲੀਅਰ ਹੋ ਗਿਆ ਸਵਾਲ ਸੌਖਾ ਸੀ ਥੋੜਾ ਜਿਹਾ ਜਿਵੇਂ ਕਹਿੰਦੇ ਫਿਰ ਦਿਮਾਗ ਤਾਂ ਲੱਗਣਾ ਹੀ ਐ ਸੰਪੂਜੀਤ ਕੋਣ ਆ ਕੋਈ ਸੰਪੂਜੀ ਦੇ ਜਿਹੜੇ ਤਿੰਨੇ ਪਜਾਵਾਂ ਬਰਾਬਰ ਨੇ ਉਦਾ ਖੇਤਰਫਲ ਫਾਰਮੂਲਾ ਕਿੰਦਾ ਸੰਪੂਜੀ ਦਾ ਵਰਗਮੂਲ 3/4 ਪੂਜਾ ਪੂਜਾ a² ਆਪਾਂ ਲਿਖ ਦਿੰਨੇ a ਕੀ ਹੋਰ ਇੱਕ ਪੂਜਾ ਇਹਦੀ ਕਿੰਨਾ ਦਾ ਵਰਗਮੂਲ 3 ਵਰਗਮੂਲ 3 ਵਰਗਮੂਲ 3 ਕੱਟ ਗਿਆ a² ਦਾ ਮੁੱਲ ਕਿੰਨਾ ਆ ਗਿਆ 4 a ਦਾ ਮੁੱਲ ਕਿੰਨਾ ਹੋ ਗਿਆ ਮਤਲਬ 2 ਪੁੱਛਿਆ ਗਿਆ ਬੱਚੇ ਇਹੀ ਲਿਖਿਆ ਹੁੰਦੇ ਨੇ ਤੁਸੀਂ ਤਾਂ ਨਹੀਂ ਗਲਤੀ ਕੀਤੀ ਨਹੀਂ ਕੀਤੀ ਮੈਂ ਦੱਸ ਰਿਹਾ ਕਿੰਨੇ ਕੇ ਸਵਾਲ ਠੀਕ ਕਰਿਆ ਆਪਣੇ ਤੋਂ ਪੁੱਛਿਆ ਪਰਮਾਪ ਪਰਮਾਪ ਕਿੰਨਾ ਹੈ ਦਾ 3 ਭਾਗ 3 2 ਬਰਾਬਰ ਹੈ 6 ਤਾਂ ਸੀ ਆਪਸ਼ਨ ਤੁਸੀਂ ਲਗਾਉਣੀ ਹੈ 6 ਸੈਂਟੀਮੀਟਰ ਫਲੋਰਿੰਗ ਟਾਈਲ ਹੈ ਸਮਾਨ ਅੰਤਰ ਚਤਰਭੁਜ ਦੇਕਾਰ ਦੀ ਐਦਾਂ ਦੀ ਹੈ ਫਲੋਰਿੰਗ ਟਾਈਲਾਂ ਨੇ ਠੀਕ ਹੈ ਉਹ ਉਹਦਾ ਜਿਹੜਾ ਲੰਬਾਈ ਤੇ ਆਧਾਰ ਦਿੱਤਾ ਮੈਂ ਤੁਹਾਨੂੰ ਸ਼ਕਲ ਦੁਬਾਰਾ ਬਣਾ ਦਿੰਦਾ ਆ ਦਿੱਤਾ 24 ਤੇੜਿਓ ਚਾਹੀਦੀ ਤੇ ਕਿ ਨੀਤੀ ਹੈ 10 ਇਹਨੇ ਜਿਹੜਾ ਫਰਸ਼ ਤੇ ਲਾਉਣਾ ਕਿੰਨਾਗਾ 1080 ਵਰਗ ਮੀਟਰ ਪਹਿਲਾਂ ਹੀ ਏਰੀਆ ਦਿੱਤਾ ਤਾਂ ਤੁਹਾਨੂੰ ਦੱਸਿਆ ਵਾ ਮੈਂ ਪਹਿਲਾਂ ਵੀਡੀਓ ਦੇ ਵਿੱਚ ਜਿਹੜੇ ਬੱਚਿਆਂ ਨੇ ਸਬਸਕ੍ਰਾਈਬ ਕੀਤਾ ਪਤਾ ਉਹਨਾਂ ਨੂੰ ਵੀ ਜਦੋਂ ਵੀ ਟਾਈਲਾਂ ਦੀ ਗਿਣਤੀ ਪੁੱਛੀ ਜਾਂਦੀ ਹੈ ਪਹਿਲਾਂ ਵੱਡੀ ਦਾ ਏਰੀਆ 1080 बटे ਟਾਈਲ ਦਾ ਏਰੀਆ ਟਾਈਲ ਦੇ ਰਏ ਕਿਵੇਂ ਨਿਕਲਦਾ ਹੁੰਦਾ ਆਧਾਰ ਗੁਣਾ ਉਚਾਈ 24 ਗੁਣਾ 10 ਪਰ ਪਰ ਧਿਆਨ ਰੱਖਣਾ ਇਹ ਮੀਟਰ ਹੈ ਇਹ ਸੈਂਟੀਮੀਟਰ ਹੈ ਗੜਬੜ ਹੋ ਜੂਗੀ ਪਹਿਲਾਂ ਮੀਟਰਾਂ ਦੇ ਸੈਂਟੀਮੀਟਰ ਜ਼ਰੂਰ ਬਣਾ ਲੈਣੇ ਆ 1080 ਪਹਿਲਾਂ ਮੀਟਰ ਮੀਟਰ ਦੋ ਵਾਰੀ ਉੱਪਰ ਸੈਂਟੀਮੀਟਰ ਬਣ ਗਿਆ ਫਿਰ ਦੂਜਾ ਮੀਟਰ ਆ ਮੀਟਰ ਦੇਖੋ ਦੋ ਵਾਰੀ ਹੈ ਮੀਟਰ ਸਕਰ ਲਿਖਿਆ ਵਰਗ ਮੀਟਰ ਲਿਖਿਆ ਧਿਆਨ ਦੇਣਾ ਗੜਬੜ ਨਾ ਕਰ ਦਿਓ 24 10 ਜੇ ਇੱਥੇ ਤੱਕ ਪਹੁੰਚ ਗਏ ਸਵਾਲ ਫਿਰ ਕੋਈ ਦਿੱਕਤ ਹੀ ਨਹੀਂ ਹੈ ਜ਼ੀਰੋ ਨਾਲ ਜ਼ੀਰੋ ਕੱਟ ਗਏ 12 108 12 2 24 2 3 6 1 55 50 105000 5000 9 ਹੁੰਦਾ 45000 ਤਾਂ ਟੈਲਾਂ ਦੀ ਕਿੰਨੀਆਂ ਦੀ ਲੋੜ ਪੈਣੀ ਹੈ 45000 ਸਕਰੀਨ ਸ਼ਾਟ ਮਾਰ ਲਓ ਠੀਕ ਹੈ ਲਓ ਜੀ ਡੀ অপਸ਼ਨ ਆਪਾਂ ਨੇ ਲਗਾ ਦੇਣੀ ਸੀ ਜੇ ਤੁਸੀਂ ਇਦਾਂ ਕਰਕੇ ਆਏ ਤਾਂ ਤੁਹਾਡੇ ਨੰਬਰ ਉਰੇ ਆਉਣਗੇ ਅਗਲੇ ਪੇਪਰਾਂ ਦੀ ਤਿਆਰੀ ਵੀ ਅੱਛੀ ਹੋ ਜੂ ਜੇ ਕੋਈ ਵੀ ਹੁਣ ਗਲਤ ਹੋ ਕੋਈ ਗੱਲ ਨਹੀਂ ਹਜੇ ਪੇਪਰ ਤੁਹਾਡੇ ਹੋਣੇ ਨੇ ਸਰਵੇ ਵੀ ਹੋਣਾਗਾ ਠੀਕ ਹੈ ਵੀਡੀਓ ਨੂੰ ਦੇਖਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਰੱਖੋ ਥੈਂਕ ਯੂ